ਪੈਣਾ ਤੇ ਪਰਾਵਾਂ ਦਾ ਪਵਿੱਤਰ ਤਿਉਹਾਰ ਰੱਖੜੀ ਜਿਸ ਨੂੰ ਮਨਾਉਣ ਦੇ ਲਈ ਪੈਣਾ ਵੱਲੋਂ ਆਪਣੇ ਵੀਰਾਂ ਲਈ ਬਾਜ਼ਾਰਾਂ ਵਿੱਚ ਪਹੁੰਚ ਕੇ ਰੱਖੜੀਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਕਾਨਦਾਰਾਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਬਦਲਦੇ ਯੁੱਗ ਦੇ ਨਾਲ ਨਾਲ ਰੱਖੜੀਆਂ ਵਿੱਚ ਬਹੁਤ ਬਦਲਾਅ ਹੈ ਅਤੇ ਗ੍ਰਾਹਕ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਘੱਟ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਰੱਖੜੀ ਤੱਕ ਉਹਨਾਂ ਦੀਆਂ ਦੁਕਾਨਾਂ ਉੱਪਰ ਲੱਗੀਆਂ ਸਾਰੀਆਂ ਰੱਖੜੀਆਂ ਵਿਕ ਜਾਣਗੀਆਂ ਇਸ ਮੌਕੇ ਰੱਖੜੀਆਂ ਦੀ ਖਰੀਦਦਾਰੀ ਕਰਨ ਆਈਆਂ ਪੈਣਾ ਵੱਲੋਂ ਸਾਡੀ ਫਾਸਮੀ ਨੂੰ ਇਸ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ 22 ਅਗਸਤ ਦਿਨ ਐਤਵਾਰ ਨੂੰ ਰੱਖੜੀ ਦਾ ਤਿਉਹਾਰ ਹੈ ਜਿਸ ਸੰਬੰਧ ਵਿੱਚ ਪੈਣਾ ਵੱਲੋਂ ਆਪਣੇ ਵੀਰਾਂ ਦੀ ਗੁੱਟ ਉੱਪਰ ਰੱਖੜੀ ਬੰਨ ਆਪਣੇ ਭਰਾਵਾਂ ਦੀ ਚੜ੍ਹਦੀ ਕਲਾ ਅਤੇ ਮੰਗਲ ਕਾਮਨਾ ਦੀ ਅਰਦਾਸ ਕੀਤੀ ਜਾਂਦੀ ਹੈ ਰੱਖੜੀ ਭੈਣ ਭਰਾਵਾਂ ਦਾ ਪਿਆਰ ਲਈ ਤਿਉਹਾਰ ਹੈ ਇਸ ਲਈ ਅਸੀਂ ਰੱਖੜੀ ਖਰੀਦ ਰਹੇ ਹਾਂ ਕਿ ਅਸੀਂ ਭਰਾਵਾਂ ਨੂੰ ਬੰਨਾਂਗੇ ਸਾਡਾ ਪਿਆਰ ਬਣਿਆ ਰਹੇ ਹੁਣ ਫੈਂਸੀ ਹੋ ਗਈਆਂ ਨੇ ਅੱਗੇ ਨਾਲੋਂ ਵਧੀਆ ਹੋ ਗਿਆ ਸਾਈਜ਼ ਛੋਟੇ ਹੋ ਗਏ ਨੇ ਹਾਂਜੀ ਨਵੀਂ ਵਰਾਇਟੀ ਤਾਂ ਜਿਸ ਤਰ੍ਹਾਂ ਦੇਖੋ ਇਹ ਲੱਗੀਆਂ ਹੋਈਆਂ ਲਾਈਟਸ ਵਾਲੀਆਂ ਬੱਚਿਆਂ ਦੀ ਅਟਰੈਕਟਿਵ ਕਰਨ ਲਈ ਆਈਆਂ ਹੋਈਆਂ ਅਤੇ ਬਾਕੀ ਦੂਜੇ ਧਾਗੇ ਵਗੈਰਾ ਚੱਲ ਰਹੇ ਨੇ ਸਟੋਨ ਵਗੈਰਾ ਵਾਲੇ ਰੂ ਦਰਾਕਸ਼ ਵਾਲੇ ਚੱਲ ਰਹੇ ਨੇ ਚੰਦਨ ਦੇ ਚੱਲ ਰਹੇ ਨੇ ਅਤੇ ਇਸ ਤਰ੍ਹਾਂ ਦੀ ਵਰਾਇਟੀ ਲੇਟੈਸਟ ਇਹੀ ਆਈ ਹੈ ਉੱਤੇ ਸਿਸਟਰ ਬ੍ਰਦਰ ਜਿਵੇਂ ਅੱਜ ਕੱਲ੍ਹ ਭਾਬੀਆਂ ਨੂੰ ਵੀ ਲੋਕ ਦਿੰਦੇ ਨੇ ਉਹਨਾਂ ਵਾਸਤੇ ਕੰਗਨ ਆਏ ਹੋਏ ਨੇ ਬੜੇ ਅੱਛੇ ਕਸਟਮਰ ਦਾ ਰੁਝਾਨ ਜੀ ਆਪਣਾ ਠੀਕ ਹੈ ਕੋਈ ਇੰਨਾ ਖਾਸ ਨਹੀਂ ਹੈਗਾ ਜੇ ਕਿਉਂਕਿ ਕਰੋਨਾ ਦੇ ਕਾਲ ਕਾਰਨ ਕੁਝ ਥੋੜ੍ਹਾ ਫਰਕ ਪਿਆ ਹੋਇਆ ਕਸਟਮਰ ਦੇ ਵਿੱਚ ਪਰਚੇਸਿੰਗ ਪਾਵਰ ਥੋੜ੍ਹੀ ਘਟੀ ਹੋਈ ਹੈ ਅਤੇ ਤਿਉਹਾਰ ਤਾਂ ਚਲੋ ਮਨਾਉਣਾ ਹੀ ਹੈ ਸੈਲੀਬ੍ਰੇਟ ਤਾਂ ਸਭ ਕਿਸੇ ਨੇ ਕਰਨਾ ਕਿਉਂਕਿ ਭੈਣਾਂ ਨੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਣੀਆਂ ਅਤੇ ਬਾਕੀ ਬਹੁਤ ਥੋੜ੍ਹੇ ਲੇਟੈਸਟ ਜਿਹੜੀ ਮਹਿੰਗੀਆਂ ਚੀਜ਼ਾਂ ਹੈਗੀਆਂ ਉਹ ਨਹੀਂ ਚੱਲ ਰਹੀਆਂ ਸਸਤੇ ਰੇਟ ਵਾਲੀ ਚੱਲ ਰਹੀਆਂ ਇਹਦਾ ਖਰੀਦਾ ਤਿਉਹਾਰ ਹੈਗਾ 22 ਤਰੀਕ ਨੂੰ ਅਤੇ ਉਹਦੇ ਵਾਸਤੇ ਰਾਖੀ ਲਿਆਉਣਾ ਹੈ ਬ੍ਰਦਰ ਵਾਸਤੇ ਆਪਣੇ ਅਤੇ ਉਹ ਦੇਖ ਰਹੇ ਹਾਂ ਅਸੀਂ ਰਸ਼ ਕਾਫੀ ਘੱਟ ਗਿਆ ਹੁਣ ਬਾਜ਼ਾਰ ਵਿੱਚ ਚਲੋ ਫਰਕ ਤਾਂ ਪੈਂਦਾ ਹੀ ਆ ਥੋੜ੍ਹਾ ਮਾਰਕੀਟਿੰਗ 'ਚ ਵੀ ਚਲੋ ਜਿਨ੍ਹਾਂ ਨੇ ਬਾਕੀ ਦਿਨ ਤਿਉਹਾਰ ਹੈਗੇ ਬ੍ਰਦਰ ਵਾਸਤੇ ਜਿਨ੍ਹਾਂ ਨੇ ਲੈਣਾ ਉਹਨਾਂ ਨੇ ਲੈਣਾ ਹੀ ਆ ਸਾਰਾ ਸਮਾਨ ਵਰਾਇਟੀ ਤਾਂ ਨਹੀਂ ਫਰਕ ਹੈਗਾ ਵਾ ਵਧੀਆ ਮਾਲ ਹੈਗਾ ਮਾਲ ਮਾਰਕੀਟ 'ਚ ਫਰਕ ਠੀਕ ਹੈਗਾ ਵਾ ਦਿਨ ਦੁੱਗਣੀ ਰਾਤ ਚੁੱਗਣੀ ਅੰਦਰ ਕਿਹੜੇ ਸਾਰੀ ਰੱਖਿਆ ਵਾਸਤੇ ਹਮੇਸ਼ਾ ਤਿਆਰ ਰਹੇ ਅਤੇ ਚਲੋ ਖੂਬ ਤਰੱਕੀਆਂ ਕਰਨ ਉਹ ਨਵੀਂ ਵਰਾਇਟੀ ਸਾਰੀ ਵਧੀਆ ਵਰਾਇਟੀ ਆ ਜੀ ਸਾਰੀ ਫੈਂਸੀ ਹੁਣ ਸਾਇਜ਼ ਛੋਟੇ ਚੱਲਦੇ ਆ ਨਿੱਕੇ ਨਿੱਕੇ ਸਾਇਜ਼ ਚੱਲਦੇ ਹੁਣ ਲੋਕ ਗਾਹ ਵੱਡੇ ਵੱਡਾ ਪੀਸ ਪਸੰਦ ਨਹੀਂ ਕਰਦਾ ਗਾਹਕੀ ਠੀਕ ਆ ਜੀ ਮਹਾਰਾਜ ਦਾ ਸ਼ੁਕਰ ਆ ਜੀ ਕੋਈ ਗੱਲ ਨਹੀਂ ਪੂਰਾ ਆ ਜਾਏਗਾ ਸਾਡਾ ਕੋਟਾ ਪਹਿਲਾਂ ਐਡ ਐਡ ਵੱਡੇ ਪੀਸ ਹੁੰਦੇ ਸੀ ਆਹ ਦੇਖੋ ਹੁਣ ਇਹ ਪੀਸ ਰਹਿ ਗਿਆ ਇਹ ਹਜੇ ਵੱਡਾ ਵੈ ਸਭ ਤੋਂ ਵੱਡਾ ਇਸ ਤੋਂ ਵੀ ਛੋਟੇ ਚੱਲ ਰਹੇ ਪੀਸ 22 ਅਗਸਤ ਦਿਨ ਇਤਵਾਰ ਨੂੰ ਭੈਣਾਂ ਅਤੇ ਭਰਾਵਾਂ ਦੇ ਪਵਿੱਤਰ ਤਿਉਹਾਰ ਰੱਖੜੀ ਦਾ ਜਿਹੜਾ ਤਿਉਹਾਰ ਹੈ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਅਤੇ ਉਹਦੇ ਸੰਬੰਧ ਦੇ ਵਿੱਚ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਪਹੁੰਚ ਕੇ ਰੱਖੜੀਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਅਤੇ ਜੇ ਦੁਕਾਨਦਾਰਾਂ ਦੀ ਗੱਲ ਕਰ ਲਈਏ ਉਹਨਾਂ ਦਾ ਆਖਣਾ ਕਿ ਕੋਰੋਨਾ ਦੇ ਕਾਰਨ ਪਹਿਲਾਂ ਜਿਹੜੇ ਕੰਮ ਬੰਦ ਸੀਗੇ ਪਰ ਹੁਣ ਉਹਨਾਂ ਨੂੰ ਉਮੀਦ ਹੈ ਕਿ 2-3 ਦਿਨ ਜਿਹੜੇ ਰੱਖੜੀ ਦੇ ਰਹਿ ਚੁੱਕੇ ਨੇ ਅਤੇ ਕੰਮਕਾਰ ਵਧੀਆ ਚੱਲੂਗਾ ਅਤੇ ਸਮਾਨ ਜਿਹੜਾ ਉਹਨਾਂ ਦੁਕਾਨਾਂ 'ਤੇ ਆਇਆ ਵੈ ਉਹ ਵਿਕ ਜੂਗਾ ਅਤੇ ਨਾਲ ਹੀ ਉਹਨਾਂ ਨੇ ਆਖਦਿਆ ਕਿ ਬਦਲਦੇ ਯੁੱਗ ਦੇ ਵਿੱਚ ਕਾਫੀ ਬਦਲਾਅ ਹੈ ਅਤੇ ਰੱਖੜੀਆਂ ਕਾਫੀ ਵਧੀਆ ਅਤੇ ਅਟਰੈਕਟਿਵ ਫੈਂਸੀ ਵਰਾਇਟੀਆਂ ਸਾਰੀਆਂ ਆਈਆਂ ਨੇ ਅਤੇ ਲੋਕਾਂ ਵੱਲੋਂ ਵਧੀਆ ਖਰੀਦਦਾਰੀ ਕੀਤੀ ਜਾ ਰਹੀ ਹੈ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ